ਇਹ ਸਾਰਾ ਕੁਝ ਜੋ ਕੁਝ ਵੀ ਨਿਕਲਿਆ ਨਾ ਇਹ ਸਾਰਾ ਕੁਝ ਜੋ ਦਰਬਾਰ ਸਾਹਿਬ ਤੇ ਅਟੈਕ ਜਿਹਨੂੰ ਆਪਾਂ 36ਵਾਂ ਘੱਲੂਘਾਰਾ ਕਹਿੰਦੇ ਆ ਘੱਲੂਘਾਰਾ ਦਿਵਸ ਕਹਿੰਦੇ ਆ ਜਾਂ ਮਤਲਬ ਉਹਨਾਂ ਉਹਨਾਂ ਸਾਡੇ ਤੇ ਪ੍ਰਾਤਨ ਜ਼ਖਮਾਂ ਦਾ ਜਿਹੜਾ ਇਹ ਦਿਨੇ ਆ 36ਵੇਂ ਵਰੇ ਗੰਢਿਆ ਇਹ ਇਹ ਉਹਦੇ ਵਿੱਚੋਂ ਹੀ ਲਗਭਗ ਸਾਰਾ ਕੁਝ ਉਹਦੇ ਵਿੱਚੋਂ ਨਿਕਲਿਆ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਤੁਸੀਂ ਨਾ ਪ੍ਰਾਤ ਜਦੋਂ ਦੇਖੋ ਚਲੋ ਮੈਂ ਤਾਂ ਬਹੁਤ ਖੁਸ਼ ਨਸੀਬ ਹਾਂ ਕਿ 3 ਵਾਰੀ ਦਰਸ਼ਨ ਹੋ ਗਏ ਤੇ ਲਾਗੇ ਵੀ ਬਹਿਣ ਦਾ ਮੌਕਾ ਮਿਲ ਗਿਆ ਤੇ ਉਦੋਂ ਇੰਨੀ ਸੋਚ ਨਹੀਂ ਸੀ ਵੀ ਸੰਤ ਜੀ ਜਿਹੜੇ ਬਚਨ ਕੱਢ ਰਹੇ ਆ ਵੀ ਬਚਨਾਂ ਦੀ ਵੈਲਿਊ ਕਿੰਨੀ ਕਹੋਗੀ ਸੰਘਰਸ਼ ਸ਼ੁਰੂ ਹੋ ਗਿਆ ਅਸੀਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਈਏ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਸ ਸੰਘਰਸ਼ ਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਪ੍ਰਾਪਤੀ ਜਿਹੜੀ ਹੋਵੇ ਉਹ ਪ੍ਰਾਪਤੀ ਦਾ ਗੁਰੂ ਮਹਾਰਾਜ ਨੇ ਜਿਹੜਾ ਜਿਹੜਾ ਫਲ ਫੁੱਲ ਲਾਉਣਾ ਨਾ ਉਹ ਗੁਰੂ ਮਹਾਰਾਜ ਦੇ ਹੱਥ ਆ ਇਹ ਹਰ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਇਸ ਕਰਕੇ ਆਪਾਂ ਜਿਹੜੇ ਜ਼ਖਮ ਖੁਰੇਦਣ ਵਾਲੇ ਨੇ ਉਹ ਸਾਡੇ ਨੇ ਲੁੱਟਾਂ ਖੋਹਾਂ ਵਾਲੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਲੁੱਟਾਂ ਖੋਹਾਂ ਬਿਲਕੁਲ ਇਹ ਹੋਈਆਂ ਆ ਉਸ ਸਮੇਂ ਦੇ ਵਿੱਚ ਪਰ ਮੈਨੂੰ ਲੱਗਦਾ ਵੀ ਇਹ ਇਹਨਾਂ ਨੂੰ ਸਿੰਘਾਂ ਦੇ ਉੱਤੇ ਇਲਜ਼ਾਮ ਦੇਣ ਨਾਲੋਂ ਪਹਿਲਾਂ ਇਹਨਾਂ ਨੂੰ ਰਿਵੇਰੋ ਦੀ ਤੇ ਕੇਪੀਐਸ ਗਿੱਲ ਦੀ ਲਿਖੀ ਹੋਈ ਆਪਣੀ ਕਿਤਾਬ ਪੜ੍ਹ ਲੈਣੀ ਚਾਹੀਦੀ ਆ ਤੇ ਫਿਰ ਇਹਨਾਂ ਦੀ ਗੱਲ ਦਾ ਇਹਨਾਂ ਨੂੰ ਜਵਾਬ ਮਿਲ ਜੂਗਾ ਇਹ ਸੰਘਰਸ਼ ਲੜਦੇ ਸੀ 100 ਦੀ 150 ਹੋਣਗੇ ਤੇ ਬਾਕੀ ਸਾਰੇ ਦੇ ਸਾਰੇ ਜਿਹੜੇ ਸੰਘਰਸ਼ ਲੜਨ ਵਾਲੇ ਅਸੀਂ ਤਾਂ ਆਪਣੀਆਂ ਜਾਨਾਂ ਪਹਿਲੇ ਤਲੀ ਤੇ ਰੱਖ ਕੇ ਚੱਲੇ ਆ ਤੇ ਜਿਹੜੇ ਬਾਕੀ ਸਾਰੇ ਤੇਰੇ ਘਰ ਵਾਲੇ ਨੇ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਬੱਚੇ ਮਸੂਮ ਬੀਬੀਆਂ ਮਾਵਾਂ ਭੈਣਾਂ ਦੇ ਨਾਲ ਆਹਾ ਸਿਸਟਰ ਸਾਰੇ ਨੇ ਕੀਤਾ ਸਿੱਖ ਕੌਮ ਦੀ ਜਿਹੜੀ ਜ਼ਮੀਰਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਏਜੰਸੀਆਂ ਨੇ ਕਬਜ਼ਾ ਕਰ ਲਿਆ ਅਸੀਂ ਡੋਨੇਸ਼ਨ ਵੀ ਦਿੰਨੇ ਆ ਅਸੀਂ ਉੱਥੇ ਦਿੰਨੇ ਆ ਜਿੱਥੇ ਪਤਾ ਨਹੀਂ ਕਿੱਥੇ ਜਾਣਾ ਗਾ ਕਿੱਥੇ ਲੱਗਣਾ ਕੀ ਕਰਨਾ ਸਿੱਖ ਕੌਮ ਦੇ 84 ਦੇ ਘੱਲੂ ਘਰ ਦੇ ਇੰਨੇ ਸਿੰਘ ਸ਼ਹੀਦ ਹੋਏ ਜਿਹੜੇ ਅੱਜ ਤੱਕ ਮਾਵਾਂ ਰੋਲ ਰਹੀਆਂ ਤੇ ਮਤਲਬ ਇਹੋ ਜਿਹਾ ਮੈਂ ਤਾਂ ਸੋਚਦਾ ਪਿੱਛੇ ਜੇ 10-15 ਸਾਲ ਪਹਿਲਾਂ ਕੋਈ ਗੱਲ ਕਰਦਾ ਸੀ ਮੈਂ ਕਹਿੰਦਾ ਯਾਰ ਉਹ ਤਾਂ ਬੜੀ ਦੇਰ ਦੀ ਗੱਲ ਆ ਹੁਣ ਉਹਨਾਂ ਦੇ ਪੁੱਤ ਜਵਾਨ ਹੋ ਗਏ ਹੋਣੇ ਆ ਪਰ ਹੁਣ ਜਦੋਂ ਇਸ ਸਿਸਟਮ ਦੇ ਵਿੱਚ ਮੈਂ ਪਿਆ ਆ ਹੁਣ ਮੈਨੂੰ ਪਤਾ ਲੱਗਦਾ ਵੀ ਗਵਰਨਮੈਂਟ ਨੇ ਪੁੱਤ ਛੱਡੇ ਨਹੀਂ ਤੇ ਜਵਾਨ ਕੀ ਹੋਣੇ ਸੀ ਤੇ ਇਹਨਾਂ ਨੂੰ ਨਾਲ ਅਸੀਂ ਤਾਂ ਕਹਿੰਦੇ ਵੀ ਸਾਡੇ ਭਰਾ ਆ ਨਾਲ ਲੱਗ ਕੇ ਤੁਰਨ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਨ ਇਹ ਵੀ ਸਿੱਖੀ ਨੇ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਜੋ ਵੀ ਗੱਲਾਂ ਲਿਖੀਆਂ ਨੇ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਦੋਂ ਤੁਸੀਂ ਪੜ੍ਹੋ ਤਾਂ ਤੁਹਾਨੂੰ ਜਿਹੜਾ ਇਹਨਾਂ ਦਾ ਅਲਬਰਟ ਸਟਾਈਨ ਜਿਹੜਾ ਸੀ ਜਰਮਨ ਦਾ ਉਹਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੇਲ ਖਾਂਦੀਆਂ ਤੁਹਾਨੂੰ ਉਹ ਲੱਗਦੀਆਂ ਜਦੋਂ ਪੜ੍ਹੋਗੇ ਤਾਂ ਫਿਰ ਪਤਾ ਲੱਗਦਾ ਇਹ ਸਮਾਂ ਆਉਂਦਾ ਆ ਇਹ ਸਮੇਂ ਦੀ ਜ਼ਰੂਰਤ ਲੱਗਦੀ ਆ AK-47 ਦੀ ਲੋੜ ਆ ਜੇ ਉਹ ਸਮੇਂ ਦੇ ਹਿਸਾਬ ਦੇ ਨਾਲ ਮਤਲਬ ਮੈਂ ਇਹ ਸੋਚਦਾ ਵੀ AK-47 ਚੱਕ ਕੇ ਪੁੱਤ ਨਹੀਂ ਸਾਡੇ ਕੋਲ ਬਰਬਾਦ ਹੋਣੇ ਹੁਣ ਆਉਂਦੇ ਮੈਂ ਕਹਿੰਦਾ ਵੀ ਜੇ AK-47 ਦੀ ਲੋੜ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਪੈਂਤੜੇ ਤੈਅ ਕਰੀਏ ਕੌਮ ਨੇ ਜਿਹੜੀ ਜਿਹੜਾ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿਹੜੀ ਕੌਮ ਦੇ ਵਿੱਚ ਅਵੇਅਰਨੈਸ ਆ ਨਾ ਉਹਦੇ ਵਾਸਤੇ ਹਾਲੇ ਸਾਨੂੰ AK-47 ਦੀ ਲੋੜ ਨਹੀਂ ਹੈ ਜੇ ਇਸ ਤਰੀਕੇ ਦੇ ਵੀ ਜਿਹੜੇ ਉਹਦੇ ਵਿੱਚ ਫੈਸਲੇ ਲੈਣ ਦੀ ਜ਼ਰੂਰਤ ਪਵੇ ਤੇ ਮੈਨੂੰ ਲੱਗਦਾ ਵੀ ਉਹ ਲੈ ਲੈਣੇ ਚਾਹੀਦੇ ਆ ਕੋਈ ਗੱਲ ਨਹੀਂ ਇਹੋ ਜਿਹੀ ਕਿਹੜੀ ਗੱਲ ਆ ਮਤਲਬ ਜਿਹੜੀਆਂ AK-47 ਚੱਕ ਕੇ ਬਹੁਤ ਸਾਰੇ ਦੇਸ਼ ਆਜ਼ਾਦ ਹੋਏ ਆ ਸਾਡੇ ਲਾਗੇ ਕੋਸੋਵੋ ਆਜ਼ਾਦ ਹੋਇਆ ਤੇ ਉਹਨਾਂ ਨੇ ਬਹੁਤ ਲੰਬਾ ਸੰਘਰਸ਼ ਲੜਿਆ ਆ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਹਨਾਂ ਤੋਂ ਅਸੀਂ ਤਾਂ ਪਹਿਲਾਂ ਹੀ ਬਹੁਤ ਕੁਛ ਲੱਗੇ ਹੋ ਕੇ ਦੇਖਿਆ ਸਾਨੂੰ ਕਿਹੜਾ ਇਹਨਾਂ ਤੋਂ ਡਰ ਲੱਗਦਾ ਅਸੀਂ ਤਾਂ 100-150 ਸਿੰਘ ਜਿਹੜਾ ਸੀ ਉਹ ਅੰਦਰ ਕਰਵਾ ਲਿਆ ਹਾਂ ਤੇ ਖੱਟਿਆ ਕੀ ਕੁਛ ਵੀ ਨਹੀਂ ਉਹਦੇ ਚੋਂ ਪ੍ਰਾਪਤੀ ਕੀ ਹੋਈ ਜੇ ਇਹ ਹੀ 100-150 ਸਿੰਘ 12,000 ਪਿੰਡ ਦੇ ਵਿੱਚ ਜਥੇ ਬਣਾ ਬਣਾ ਕੇ ਭੇਜਿਆ ਹੁੰਦਾ ਅਵੇਅਰਨੈਸ ਦੇਣ ਕਰਨ ਵਾਸਤੇ ਕਿਸੇ ਚੀਜ਼ ਦਾ ਬੈਨਰ ਨਾ ਲਾਉਂਦੇ ਸਿਰਫ ਸਿੱਖ ਕੌਮ ਦੇ ਨਾਲ ਜੋ ਕੁਛ ਹੋਇਆ ਆ ਉਹਨੂੰ ਪ੍ਰੀ ਪਲਾਨ ਤਰੀਕੇ ਦੇ ਨਾਲ ਉਹਦੀ ਸਿਰਫ ਜਾਗਰਤੀ ਕੌਮ ਦੇ ਵਿੱਚ ਭਰਨ ਦੇ ਕੰਮ ਆਉਂਦੇ ਇਹ ਨੌਜਵਾਨ ਤੇ ਦੇਖੋ ਇੱਕ ਜ਼ਿੰਦਗੀ ਬਹੁਤ ਕੀਮਤੀ ਆ ਸਾਂਤ ਦੀ ਜ਼ਿੰਦਗੀ ਬਹੁਤ ਕੀਮਤੀ ਆ ਤਾਂ ਮੈਨੂੰ ਲੱਗਦਾ ਮੈਨੂੰ ਨੇ ਫਾਰਨਿੰਗ ਬਣਾਉਣਾ ਚਾਹੀਦਾ ਜੇ ਬੰਦੇ ਨੇ ਕੁਰਬਾਨੀ ਦਾ ਵੀ ਮਨ ਬਣਾਇਆ ਆ ਨਾ ਤੇ ਉਹਨੂੰ ਬੰਦੇ ਨੂੰ ਰੱਸਾ ਜਿਹੜਾ ਦਰਖਤ ਨਾਲ ਬੰਨ ਕੇ ਪਤਾ ਆ ਵੀ ਮੈਂ ਹੁਣ ਪਹਾਕਾਲ 'ਚ ਲੈ ਕੇ ਉਹਨੂੰ ਕੁਰਬਾਨੀ ਨਹੀਂ ਕਰਿਆ ਜਾਂਦਾ ਇਹਨੂੰ ਪੰਛੀ ਦਾ ਫੰਦਾ ਕਹਿੰਦੇ ਆ ਤੇ ਫੰਦਾ ਤੁਸੀਂ ਆਪਣੇ ਆਪ ਗੱਲ 'ਚ ਪਾਲਣਾ ਮੈਨੂੰ ਲੱਗਦਾ ਵੀ ਜਿੰਨੇ ਵੀ ਸਾਡੇ ਕੋਲ ਇਸ ਟਾਈਮ ਸੋਚ ਚੰਗੀ ਸੋਚਦੇ ਸਿੰਘ ਬਹੁਤ ਸਾਰੇ ਆਪਣੇ ਇਸ ਟਾਈਮ ਕਨੈਕਟ ਦੇ ਵਿੱਚ ਵੀ ਆ ਏਰੀਆ ਦੇ ਸਾਡੇ ਜਿੱਦਾਂ ਆਪਣੇ ਲਿੰਕ ਦੇ ਵਿੱਚ ਵੀ ਹੈਗੇ ਆ ਤੇ ਗੱਲਬਾਤ ਵੀ ਕਰਦੇ ਸਾਡੀ ਇਹੀ ਸੋਚ ਆ ਵੀ ਕੌਮ ਨੂੰ ਵੱਧ ਤੋਂ ਵੱਧ ਅਵੇਅਰਨੈਸ ਦਿੱਤੀ ਅਵੇਅਰ ਕੀਤਾ ਜਾਵੇ ਉਸ ਸਮੇਂ ਦੇ ਸਿਸਟਮ ਦੇ ਨਾਲ ਘਰੋਂ ਬੇਘਰ ਕੀਤਾ ਗਿਆ ਬਹੁਤ ਸਿੰਘਾਂ ਦੇ ਅੱਜ ਵੀ ਮੈਂ ਘਰ ਦੇਖਦਾ ਤੇ ਜਿਹਨਾਂ ਦੇ ਉੱਤੇ ਘਾਹ ਉੱਗਿਆ ਹੋਇਆ ਪ੍ਰਾਤਨ ਜਿੰਨੇ ਵੀ ਜਰਨੈਲ ਜਿਹੜੇ ਆ ਸਿੱਖ ਕੌਮ ਦੇ ਹੋਏ ਆ ਉਹਨਾਂ ਦੇ ਘਰਾਂ ਦੇ ਵਿੱਚ ਮਤਲਬ ਜਿਹੜਾ ਆ ਉਹ ਇੱਥੋਂ ਤੱਕ ਵੀ ਘਾਹ ਕੋਠਿਆਂ ਤੇ ਜਿੰਦਰਿਆਂ ਤੱਕ ਘਾਹ ਹਰ ਚੀਜ਼ ਦੇ ਜਗ੍ਹਾ ਤੇ ਘਾਹ ਉੱਗੇ ਪਿਆ ਇਹਦਾ ਕਾਰਨ ਕੀ ਸੀਗਾ ਇਹ ਕਿਉਂ ਸ਼ੁਰੂਆਤ ਹੋਈ ਇਹ ਮੈਨੂੰ ਲੱਗਦਾ ਵੀ ਜੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਤੌਰ ਦੇ ਉੱਤੇ ਪੱਧਰ ਦੇ ਉੱਤੇ ਜਾਂ ਪਿੰਡ ਦੇ ਪਤਵੰਤੇ ਸੱਜਣ ਜਾਂ ਆਪਣੇ ਏਰੀਏ ਦੇ ਆਪਣੇ ਆਪਣੇ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਆ ਜਿਹੜੇ ਉੱਥੇ ਇਹ ਪ੍ਰੋਗਰਾਮ ਜਿਹੜੇ ਆ ਇਹ ਇੱਕ ਭਾਵੇਂ 1 ਘੰਟੇ ਦਾ ਜਾਂ 2-2 ਘੰਟੇ ਦਾ ਡੇਲੀ ਜਾਂ ਲਾਈਵ ਪ੍ਰੋਗਰਾਮ ਕਰਕੇ